ਪੁਲਿਸ ਤੇ ਸਟਿੱਕਰ ਅਤੇ VIP ਸਟਿੱਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਜੀ ਹਾਂ, ਲੁਧਿਆਣਾ ਦੇ ਵਿੱਚ ਆਏ ਦਿਨ ਗੱਡੀਆਂ ਦੇ ਉੱਤੇ VIP ਸਟਿੱਕਰ ਅਤੇ ਪੁਲਿਸ ਸਟਿੱਕਰ ਲੱਗੀਆਂ ਗੱਡੀਆਂ ਸ਼ਰੇਆਮ ਚੱਲ ਰਹੀਆਂ ਨੇ, ਜਿਸ ਨੂੰ ਲੈ ਕੇ ਗੱਡੀ ਮਾਲਕ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ। ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਚਲਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਤੇ ਪੁਲਿਸ ਦਾ ਸਟਿੱਕਰ ਲੱਗੀ ਗੱਡੀ ਨੂੰ ਰੋਕਿਆ ਗਿਆ, ਜਿਸ ਦੇ ਸ਼ੀਸ਼ੇ ਵੀ ਕਾਲੇ ਸਨ। ਉਸਦੀ ਜਾਂਚ ਕੀਤੀ, ਮੌਕੇ ਤੇ ਆਲਾ ਅਧਿਕਾਰੀ ACP ਦਵਿੰਦਰ ਚੌਧਰੀ ਵੀ ਮੌਜੂਦ ਸਨ, ਜਿਨ੍ਹਾਂ ਪੱਖੋਂ ਜਾਲੀ VIP ਸਟਿੱਕਰ ਲਗਾਇਆ ਗੱਡੀ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਚਲਾਨ ਕੱਟੇ ਗਏ ਨੇ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਫਰਜ਼ੀ VIP ਸਟਿੱਕਰ ਅਤੇ ਗੱਡੀਆਂ ਦੇ ਲੱਗੇ ਕਾਲੇ ਫਿਲਮਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਭਾਅ ਜੀ, ਕੀ ਕਹਿਣਾ ਚਾਹੁੰਦੇ? ਜਿਹੜੀਆਂ ਦੋ ਗੱਡੀਆਂ ਜਿਹੜੀਆਂ ਕਾਲੇ ਸ਼ੀਸ਼ ਦੇ ਲੱਗੇ ਪਰਦੇ ਨਾਲ ਪੰਜਾਬ ਪੁਲਿਸ ਦਾ ਸਟਿੱਕਰ ਲੱਗਿਆ ਸੀ, ਅੱਜ ਇੱਥੇ ਕਾਰਾਬਾਰਾ ਦੇ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮਾਨਯੋਗ ਇਕਬਾਲ ਸਿੰਘ ਜੀ ਲਾਲਕਾ, ਉਹਨਾਂ ਨੇ ਆਉਣਾ ਸੀ ਅਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ, ਟਰਾਈਸਾਈਕਲ ਵੰਡਣੇ ਸੀਗੇ ਅਤੇ ਉਸ ਜਗ੍ਹਾ 'ਤੇ ਥੋੜ੍ਹਾ ਅਸੀਂ ਟਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਅਤੇ ਉਸ ਟਰੈਫਿਕ 'ਤੇ ਰੋਡ ਦੇ ਉੱਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਅਤੇ ਇੱਕ ਸਟਿੱਕਰ ਲੱਗਾ ਸੀ ਪੁਲਿਸ ਦਾ, ਉਹਨੂੰ ਚੈੱਕ ਕੀਤਾ ਅਤੇ ਉਹ ਫਿਰ ਜਿਹੜੇ ਆਪਣੇ ਕਾਲੀ ਫਿਲਮਾਂ ਉਤਾਰ ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ, ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ, ਇਸ ਕਰਕੇ ਉਹਨੂੰ ਲਾ ਕੇ ਅਤੇ ਵੈਰੀਫਾਈ ਕਰਕੇ ਉਹਨਾਂ ਨੂੰ ਘਰ ਜਾਣ। ਸਰ, ਉੱਥੇ ਪੰਜਾਬ ਪੁਲਿਸ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ, ਕਿਆ ਇਹ ਕਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਤਾਂ? ਦੇਖੋ, ਇਹ ਉਹਨਾਂ ਦਾ ਕੋਈ ਨਹੀਂ ਦੱਸਿਆ, ਜਿਹੜੇ ਗੱਡੀ ਡਰਾਈਵ ਕਰ ਰਿਹਾ ਸੀ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਅਤੇ ਉਹਨੇ ਲਾ ਤਾ, ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ। ਜੀ ਨਹੀਂ, ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ, ਜਿਹੜੇ 18-20 ਸਾਲ ਦੇ ਬੱਚੇ, ਇਹ ਸ਼ਰਾਰਤੀ ਇੱਦਾਂ ਇਹ ਕੰਮ ਕਰਦੇ, ਉਹਨਾਂ ਨੂੰ ਇਹ ਮਾਂ ਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ? ਤਾਂ ਮਾਂ ਪਿਓ ਨੂੰ ਸਮਝਾਉਣਾ ਚਾਹੀਦਾ ਜੀ, ਹੁਣ ਪਬਲਿਕ ਨੂੰ ਵੀ ਪਤਾ, ਅਵੇਅਰ ਆ ਵੀ ਸਾਰੀ ਪਬਲਿਕ ਵੀ, ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆ ਡਰਾਈਵ ਨਹੀਂ ਕਰ ਸਕਦਾ ਅਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ। ਬੁਲਾਵਾਂਗੇ, ਵੈਰੀਫਾਈ ਕਰਕੇ ਹਲੇ ਭੇਜਿਆ, ਬੁਲਾਵਾਂਗੇ ਉਹਨਾਂ ਨੂੰ। ਉਸ ਤੋਂ ਪਿੱਛੇ ਗੱਡੀ ਆਈ ਸੀ ਜਿਹਦੇ ਉੱਤੇ ਇਨਕਮ ਟੈਕਸ ਦਾ ਸਟਿੱਕਰ ਲੱਗਿਆ ਹੈ, ਉਹ ਉਸ ਵੇਲੇ ਫਿਰ VIP ਜਦੋਂ ਆ ਗਏ ਸੀ ਮੌਕੇ 'ਤੇ, ਇਸ ਕਰਕੇ ਉਹਨਾਂ ਨੂੰ ਥੋੜ੍ਹਾ ਸਾਈਡ 'ਤੇ ਕਰਨਾ ਪੈ ਗਿਆ। ਜੀ, ਥੈਂਕ ਯੂ। ਅੱਗੇ ਵੀ ਕਾਰਵਾਈਆਂ ਹੁੰਦੀਆਂ ਰਹੂਗੀਆਂ? ਅੱਗੇ ਵੀ ਆਪਾਂ ਪੁਲਿਸ ਜਿੰਨੀ ਅਵੇਅਰ ਆ ਸਾਰੀ ਕਰਾਂਗੇ, ਜੋ ਜੇ ਕੋਈ ਬੰਦਾ ਸਾਨੂੰ ਇੱਦਾਂ ਦਾ ਸ਼ੱਕੀ ਦਿਸਦਾ ਹੈ ਤਾਂ ਉਹਦੇ ਵਿੱਚ ਅਸੀਂ ਉਹਨੂੰ ਰੋਕ ਕੇ ਚੈੱਕ ਕਰਕੇ ਤੁਹਾਨੂੰ ਸਾਰੀ ਕਾਰਵਾਈ ਕੀਤੀ ਜਾਊਗੀ। ਠੀਕ, ਧੰਨਵਾਦ।